ਤੇ ਸਾਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਜੀ ਨੂੰ 9 ਦਿਨ ਦੀ ਇਸ ਯਾਤਰਾ ਦੇ ਵਿੱਚ ਪੰਜਾਬ ਦੇ ਲੋਕ ਆਪਦੇ ਦਿਲਾਂ ਦੇ ਵਿੱਚ ਤੇ ਆਪਦੀਆਂ ਅੱਖਾਂ ਤੇ ਬਿਠਾ ਕੇ ਉਹਨਾਂ ਨੂੰ ਜੰਮੂ ਕਸ਼ਮੀਰ ਛੱਡ ਕੇ ਹੋਰ ਕਿਤੇ ਭਰਮਾ ਸਵਾਗਤ ਹੋਏਗਾ ਇਹ ਸਿਆਸਤ ਨੂੰ ਫਾਇਦਾ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਇਹ ਮਕਸਦ ਹੀ ਨਹੀਂ ਹੈ ਰਾਹੁਲ ਗਾਂਧੀ ਦਾ ਜੇ ਇਹ ਮਕਸਦ ਹੁੰਦਾ ਤਾਂ ਭਾਰਤ ਜੋੜੋ ਯਾਤਰਾ ਛੱਡ ਕੇ ਹਿਮਾਚਲ ਦੇ ਚੋਣਾਂ ਵਿੱਚ ਰਹਿੰਦਾ ਯਾਤਰਾ ਛੱਡ ਕੇ ਗੁਜਰਾਤ ਵਿੱਚ ਰਹਿੰਦਾ ਉੱਥੇ ਬੈਠ ਜਾਂਦਾ ਆਮ ਜਨਮਸ ਇਹ ਗੱਲ ਕਹੇ ਕਿ ਭਾਈ ਨਜ਼ਾਰੇ ਲਿਆਤੇ ਰੇਤਾ ਸਸਤਾ ਫੇਰ ਗੱਲ ਬਣਨੀ ਹੈ ਮੇਰੇ ਕਹਿਣ ਨਾਲ ਕਿ ਭਾਈ ਅੱਗ ਲੱਗੀ ਰੇਤੇ ਨੂੰ ਤਦ ਵੀ ਨਹੀਂ ਗੱਲ ਬਣਨੀ ਤੇ ਹਰਜੋਤ ਵਾ ਸੇ ਕਹੀ ਜਾਵੇ ਕਿ ਅਸੀਂ ਰੇਤਾ ਤਾਂ ਭਾਈ ਹੁਣ ਜਮਾ ਸਸਤਾ ਕਰਤਾ ਤਦ ਕਰੀ ਸਾਡੀਆਂ ਉਮੀਦਾਂ ਨੇ ਕਿ ਪੂਰੇ ਦੇਸ਼ ਤੋਂ ਵੱਖਰਾ ਨਜ਼ਾਰਾ ਪੰਜਾਬ ਵਿੱਚ ਵੇਖਣ ਨੂੰ ਮਿਲੇਗਾ ਤੇ ਮੈਂ ਦੇਖ ਰਿਹਾ ਕੰਨਿਆ ਕੁਮਾਰੀ ਤੋਂ ਇੱਥੋਂ ਤੱਕ ਲੈ ਕੇ ਉਹੀ ਟੀ-ਸ਼ਰਟ ਉਹੀ ਪਜਾਮਾ ਪ੍ਰੋਤਕਰਨ ਬਹੁਤ ਮਹਿੰਗੀ ਪਾਈ ਹੈ ਵਿਰੋਧੀਆਂ ਨੇ ਹਾਂ ਪਾਈ ਹੋਣੀ ਹੈ ਟੀ-ਸ਼ਰਟ ਮਹਿੰਗੀ ਹੋਵੇ ਸਸਤੀ ਹੋਵੇ ਇਸ ਗੱਲ ਦਾ ਫਰਕ ਨਹੀਂ ਪੈਦਾ ਉਸ ਦਾ ਮੈਂ ਸਮਝਦਾ ਕਿ ਟੀ-ਸ਼ਰਟ ਦਾ ਕ੍ਰਿਟਿਸਿਜ਼ਮ ਇਹ ਹੌਲੇਪਨ ਦੀ ਨਿਸ਼ਾਨੀ ਹੈ ਇਹ ਡਰ ਦੀ ਨਿਸ਼ਾਨੀ ਹੈ ਇਹ ਕੇਵਲ ਕਾਂਗਰਸ ਦੇ ਤਿਰੰਗੇ ਥੱਲੇ ਨਹੀਂ ਇਹ ਦੇਸ਼ ਦਾ ਰਾਸ਼ਟਰੀ ਝੰਡਾ ਲੈ ਕੇ ਅਸੀਂ ਜਦੋਂ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੇ ਇੱਕ ਪ੍ਰਧਾਨ ਦੂਜੇ ਪ੍ਰਧਾਨ ਨੂੰ ਝੰਡਾ ਦਿੰਦਾ ਤਾਂ ਉਹ ਦੇਸ਼ ਦਾ ਤਿਰੰਗਾ ਝੰਡਾ ਦਿੰਦਾ। ਮਹਾਤਮਾ ગાંધી ਨਾਲ ਤੁਲਨਾ ਕੀ ਇੱਕ ਕਾਂਗਰਸੀ ਪ੍ਰੋਜੈਕਟ ਕਰ ਰਹੀ ਹੈ ਜਾਂ ਸੱਚੀ ਮੁੱਚੀ ਪਬਲੀਕਲੀ ਇਹ ਓਪੀਨੀਅਨ ਸ਼ੁਰੂ ਹੋ ਗਿਆ ਕਿ ਹਾਂ ਕਿਉਂਕਿ ਉਹ ਜੇ ਕਈ ਪੇਪਰਾਂ ਦੇ ਵਿੱਚ ਦੇਖੀ ਅਸੀਂ ਕਿ ਮਹਾਤਮਾ ગાંધી ਤਸਵੀਰ ਲੱਗੀ ਦੂਜੇ ਪਾਸੇ ਰਾਹੁਲ ગાંધી ਦੀ ਉਦੋਂ ਛੋੜੋ ਸੀ ਅੱਜ ਜੋੜਵਾ। ਸੱਚੀ ਗੱਲ ਰਾਹੁਲ ગાંધી ਦੀ ਜਿਹੜੀ ਭਾਰਤ ਜੋੜੋ ਯਾਤਰਾ ਪੰਜਾਬ ਚ ਐਂਟਰ ਹੋਣ ਲੱਗੀ ਹੈ ਤੇ ਉਦੋਂ ਪਹਿਲਾਂ ਦੀ ਤਿਆਰੀਆਂ ਵੀ ਖੈਰ ਬਹੁਤ ਨੇ ਕੱਲ ਕੇ ਸੀਬੀਨੂਪਾਲ ਆਏ ਸੀਗੇ ਉਹ ਕਹਿੰਦੇ ਕਿ ਪੰਜਾਬ ਚ ਤਾਂ ਸਾਨੂੰ ਲੱਗਦਾ ਵੀ ਹੋਰ ਬਾਕੀ ਥਾਵਾਂ ਨਾਲੋਂ ਵੀ ਜ਼ਿਆਦਾ ਬਹੁਤ ਰਿਸਪੌਂਸਿਬਲ ਦੂਜੇ ਪਾਸੇ ਪੰਜਾਬ ਦੇ ਜੇ ਕਹੀਏ ਕਿ ਮੁੱਦੇ ਕਈ ਨਹੀਂ ਰਾਜਵੜਿੰਗ ਨੇ ਸਾਡੇ ਨਾਲ ਵੜਿੰਗ ਸਾਹਿਬ ਦੇਖਿਓ ਕੱਲ ਬੇਨੂਪਾਲ ਵੀ ਕਾਫੀ ਸੰਤੁਸ਼ਟ ਨਜ਼ਰ ਆਏ ਕਹਿੰਦੇ ਪੰਜਾਬ ਵਰਗਾ ਲੱਗਦਾ ਸਾਨੂੰ ਤਿਆਰੀ ਜ਼ਿਆਦਾ ਹੈਗੀ ਤੇ ਇੱਥੇ ਦਾ ਜਿਹੜਾ ਕਿ ਕਿਤੇ ਨਾ ਕਿਤੇ ਹਿਸਟਰੀ ਟਾਈਪ ਜਿਹੜਾ ਕਿ ਅਚੀਵਮੈਂਟ ਰਹੇਗਾ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਨਾ ਹੈ ਕਿ ਜਿਹੜੀ ਭਾਰ ਇਤਿਹਾਸਿਕ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਜੀ ਲੈ ਕੇ ਆ ਰਹੇ ਨੇ ਬਿਲਕੁਲ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਸੀ ਵੀ ਨੂੰ ਕੋਪਾਲ ਜੀ ਨੇ ਜੋ ਕਿਹਾ ਕਿ ਸਾਡੀਆਂ ਉਮੀਦਾਂ ਨੇ ਕਿ ਪੂਰੇ ਦੇਸ਼ ਤੋਂ ਵੱਖਰਾ ਨਜ਼ਾਰਾ ਪੰਜਾਬ ਵਿੱਚ ਵੇਖਣ ਨੂੰ ਮਿਲੇਗਾ ਔਰ ਮੈਂ ਪੂਰਨ ਮੈਨੂੰ ਉਮੀਦ ਹੈ ਕਿਉਂਕਿ ਜਿਹੜਾ ਪੰਜਾਬੀ ਹੈ ਉਹ ਮਹਿਮਾਨ ਨਵਾਜ਼ੀ ਵਿੱਚ ਮੰਨਿਆ ਗਿਆ ਸਵਾਗਤ ਚ ਮੰਨਿਆ ਗਿਆ ਉਹ ਆਪਦੇ ਵਿਰੋਧੀ ਨੂੰ ਵੀ ਉੱਡ ਕੇ ਮਿਲਦਾ ਇਹ ਪੰਜਾਬ ਦੇ ਲੋਕਾਂ ਦੀ ਫਿਦਰਤ ਹੈ ਘਰ ਆਏ ਜਿਹੜਾ ਬੰਦਾ ਹੈ ਨਾ ਉਹਨੂੰ ਫਿਰ ਹੱਥਾਂ ਤੇ ਚੱਕ ਲੈਂਦਾ ਉਹ ਅੱਖਾਂ ਤੇ ਬਿਠਾ ਲੈਂਦਾ ਤੇ ਸਾਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਜੀ ਨੂੰ 9 ਦਿਨ ਦੀ ਇਸ ਯਾਤਰਾ ਦੇ ਵਿੱਚ ਪੰਜਾਬ ਦੇ ਲੋਕ ਆਪਦੇ ਦਿਲਾਂ ਦੇ ਵਿੱਚ ਤੇ ਆਪਦੀਆਂ ਅੱਖਾਂ ਤੇ ਬਿਠਾ ਕੇ ਉਹਨਾਂ ਨੂੰ ਜੰਮੂ ਕਸ਼ਮੀਰ ਛੱਡ ਕੇ ਆਉਣਗੇ ਤੇ ਭਰਮਾ ਸਵਾਗਤ ਹੋਏਗਾ ਔਰ ਇੱਕ ਯਾਦਗਾਰੀ ਮੂਮੈਂਟ ਰਹੇਗੀ ਇਤਿਹਾਸ ਦੇ ਵਿੱਚ ਦੁਬਾਰੇ ਫੇਰ ਭਾਰਤ ਜੋੜੋ ਯਾਤਰਾ ਸ਼ਾਇਦ ਇਸ ਤਰ੍ਹਾਂ ਦੀ ਭਾਰਤ ਜੋੜ ਯਾਤਰਾ ਰਾਹੁਲ ਗਾਂਧੀ ਫੇਰ ਨਾ ਲੈ ਕੇ ਕਦੇ ਆਵੇ ਲੇਕਿਨ ਮੈਂ ਤੁਹਾਡੇ ਰਾਹੀਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਕਾਂਗਰਸੀਆਂ ਦੀ ਭਾਰਤ ਜੋੜੋ ਯਾਤਰਾ ਨਹੀਂ ਇਹ ਕੇਵਲ ਕਾਂਗਰਸ ਦੇ ਤਿਰੰਗੇ ਥੱਲੇ ਨਹੀਂ ਇਹ ਦੇਸ਼ ਦਾ ਰਾਸ਼ਟਰੀ ਝੰਡਾ ਲੈ ਕੇ ਅਸੀਂ ਜਦੋਂ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੇ ਇੱਕ ਪ੍ਰਧਾਨ ਦੂਜੇ ਪ੍ਰਧਾਨ ਨੂੰ ਝੰਡਾ ਦਿੰਦਾ ਹੈ ਤਾਂ ਉਹ ਦੇਸ਼ ਦਾ ਤਿਰੰਗਾ ਝੰਡਾ ਦਿੰਦਾ ਹੈ ਸੋ ਕਹਿਣ ਦਾ ਭਾਵ ਇਹ ਰਾਸ਼ਟਰੀਆ ਜਿਹੜਾ ਸਾਡਾ ਫਲੈਗ ਹੈ ਉਹਰੇ ਅੰダー ਇਹ ਯਾਤਰਾ ਹੋ ਰਹੀ ਹੈ ਇਹਦੇ ਵਿੱਚ ਸਭ ਪਾਰਟੀਆਂ ਦੇ ਲੋਕ ਵੱਖ-ਵੱਖ ਧਾਰਮਿਕ ਜਥੇਬੰਦੀਆਂ ਲੋਕ ਆ ਆ ਵੱਖ-ਵੱਖ ਖਿੱਤਿਆਂ ਦੇ ਲੋਕ ਤੇ ਪਾਰਟੀਆਂ ਦੇ ਲੋਕ ਈਵਨ ਰਿਟਾਇਰਡ ਜੱਜਿਸ ਰਿਟਾਇਰਡ ਆਰਮੀ men ਆ ਸਿੰਗਰਸ ਐਕਟਰਸ ਲਖਾਰੀ ਡਾਕਟਰਸ ਇਹ तमाम ਲੋਕ ਸ਼ਾਮਿਲ ਹੋ ਰਹੇ ਹਨ ਮਗਰਲੇ ਜਿਹੜੀ ਯਾਤਰਾ ਰਹੀ ਔਰ ਮੈਨੂੰ ਪੂਰੀ ਆਸ ਹੈ ਕਿ ਇੱਥੇ ਵੀ ਇੱਕ ਇਸੇ ਤਰ੍ਹਾਂ ਦਾ ਰੂਪ ਧਾਰਨ ਕਰੇਗੀ ਮਹਾਤਮਾ ਗਾਂਧੀ ਨਾਲ ਤੁਲਨਾ ਕੀ ਇੱਕ ਕਾਂਗਰਸੀ ਪ੍ਰੋਜੈਕਟ ਕਰ ਰਹੀ ਹੈ ਜਾਂ ਸੱਚੀ ਮੁੱਚੀ ਪਬਲੀਕਲੀ ਇਹ ਓਪੀਨੀਅਨ ਸ਼ੁਰੂ ਹੋ ਗਿਆ ਕਿ ਹਾਂ ਕਿਉਂਕਿ ਜੋ ਕਈ ਪੇਪਰਾਂ ਦੇ ਵਿੱਚ ਦੇਖੀ ਅਸੀਂ ਕਿ ਮਹਾਤਮਾ ਗਾਂਧੀ ਤਸਵੀਰ ਲੱਗੀ ਹੋਈ ਦੂਜੇ ਪਾਸੇ ਰਾਹੁਲ ਗਾਂਧੀ ਦੀ ਉਦੋਂ ਛੋੜੋ ਸੀ ਅੱਜ ਜੋੜੋ ਆ ਬਿਲਕੁਲ ਤੁਸੀਂ ਦੇਖ ਲਓ ਅੰਦਾਜ਼ਾ ਲਾਉਣੇ ਕਿ ਇਸ ਠੰਡ ਦੇ ਮੌਸਮ ਦੇ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੀ ਲੋਕ ਇਹ ਸੋਚਦੇ ਸੀਗੇ ਯਾਰ ਇਹ ਬੰਦਾ ਇਹ ਵਿਅਕਤੀ ਕਿਹੋ ਜਿਹਾ ਹੈ ਜਿਹੜਾ ਵਿਅਕਤੀ ਆਪਦੇ ਤਨ ਤੇ ਕਦੇ ਕੱਪੜਾ ਹੀ ਨਹੀਂ ਪਹਿਨਦਾ ਚਾਹੇ ਸਰਦੀ ਹੈ ਚਾਹੇ ਠੰਡ ਹੈ ਚਾਹੇ ਗਰਮੀ ਹੈ ਲੇਕਿਨ ਮਹਾਤਮਾ ਗਾਂਧੀ ਨੇ ਕਿਉਂਕਿ ਪ੍ਰਣ ਕਰ ਲਿਆ ਦਿਮਾਗ 'ਚ ਗੱਲ ਬਿਠਾ ਲਈ ਕਿ ਮੈਂ ਤਦ ਤੱਕ ਆਪਣੇ ਤਨ ਤੇ ਕੱਪੜਾ ਨਹੀਂ ਪਹਿਨੂੰਗਾ ਜਦ ਤੱਕ ਇਸ ਦੇਸ਼ ਨੂੰ ਆਜ਼ਾਦ ਨਹੀਂ ਕਰਾ ਲੈਂਦਾ ਯਾਨੀ ਕਿ ਅੰਗਰੇਜ਼ ਭਾਰਤ ਛੱਡ ਕੇ ਚਲੇ ਨਹੀਂ ਜਾਣਗੇ ਸੋ ਸੇਮ ਰਾਹੁਲ ਗਾਂਧੀ ਜੀ ਬਾਹਰ ਜੋੜੋ ਕਿ ਹੁਣ ਸੰਵਿਧਾਨ ਬਚਾਉਣਾ ਹੈ ਪੰਜਾਬ ਦੇਸ਼ ਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਦੇਸ਼ ਦੇ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਤੇ ਮੈਂ ਦੇਖ ਰਿਹਾ ਕੰਨਿਆ ਕੁਮਾਰੀ ਤੋਂ ਇੱਥੋਂ ਤੱਕ ਲੈ ਕੇ ਉਹੀ ਟੀ-ਸ਼ਰਟ ਉਹੀ ਪਜਾਮਾ ਵਿਰੋਧੀ ਕਹਿੰਦੇ ਬਹੁਤ ਮਹਿੰਗੀ ਪਾਈ ਹੈ ਵਿਰੋਧੀ ਕਹਿੰਦੇ ਹਾਂ ਪਾਈ ਹੋਣੀ ਹੈ ਟੀ-ਸ਼ਰਟ ਮਹਿੰਗੀ ਹੋਵੇ ਸਸਤੀ ਹੋਵੇ ਇਸ ਗੱਲ ਦਾ ਫਰਕ ਨਹੀਂ ਪੈਦਾ ਹੁਣ ਕੱਲ ਨੂੰ ਕੋਈ ਮੇਰਾ ਕਵੇ ਵੀ ਮੇਰਾ ਕੋਟ ਮਹਿੰਗਾ ਹੈ ਹਰ ਬੰਦਾ ਆਵਦਾ ਆਵਦਾ ਕਿਸੇ ਨੇ ਕੋਈ ਹਰ ਵਿਅਕਤੀ ਆ ਜ ਆਮ ਤੋਂ ਆਮ ਬੰਦੀ ਜਿਹੜਾ ਦਿਹਾੜੀ ਵੀ ਕਰਦਾ ਹੈ ਭਰਾ ਉਹਦੇ ਕੋਲੇ ਆਈਫੋਨ ਦੇਖਣ ਨੂੰ ਮਿਲਦਾ ਹੈ। ਉਹਦੇ ਕੋਲੇ ਜਿਹੜਾ ਵਧੀਆ ਆਟੋਮੈਟਿਕ ਫੋਨ ਦੇਖਣ ਨੂੰ ਮਿਲਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਆਦੀਆਂ ਇੱਛਾਵਾਂ ਤੇ ਉਹ ਕਿਤੋਂ ਠੱਗੀ ਮਾਰ ਕੇ ਉਹ ਲੈ ਕੇ ਆਇਆ। ਉਹਨੇ ਆਪਣੀ ਮਿਹਨਤ ਕੀਤੀ ਔਰ ਇਹ ਇੱਛਾ ਸੀ ਕਿ ਮੈਂ ਚੰਗਾ ਮੋਬਾਈਲ ਲਵਾਂ ਔਰ ਇਹ ਇੱਛਾ ਹੋ ਸਕਦੀ ਹੈ ਕਿ ਮੈਂ ਚੰਗੀ ਸ਼ਰਟ ਪਹਿਨਾ। ਸੋ ਮੈਨੂੰ ਲੱਗਦਾ ਇਹ ਰਾਹੁਲ ਗਾਂਧੀ ਗਾਂਧੀ ਪਰਿਵਾਰ ਤੇ ਇਹ ਗੱਲਾਂ ਟੁਕਦੀਆਂ ਨਹੀਂ ਵੀ ਮਹਿੰਗੀ ਪਾਈ ਹੈ ਕਿ ਸਸਤੀ ਪਾਈ ਹੈ। ਕੋਕੀ ਗਾਂਧੀ ਪਰਵਾਰ ਹੈ ਜਿਹੜਾ ਇਹ ਕੋਈ ਅੱਜ ਦਾ ਨਹੀਂ ਹੈ ਜਵਾਹਰ ਲਾਲ ਨਹਿਰੂ ਦੇ ਖਾਨਦਾਨ ਚੋਂ ਹੈ ਰਾਹੁਲ ਗਾਂਧੀ ਜਿਨ੍ਹਾਂ ਨੇ ਦੇਸ਼ ਨੂੰ ਕਈ ਦੇਸ਼ ਦੇ ਪ੍ਰਧਾਨ ਮੰਤਰੀ ਦੇਦੇ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਕੀਤੀ ਜਿਨ੍ਹਾਂ ਨੇ ਦੇਸ਼ ਦੇ ਲਈ ਤਿਆਗ ਵੀ ਕੀਤਾ ਪ੍ਰਧਾਨ ਮੰਤਰੀ ਦੀਆਂ ਕੁਰਸੀਆਂ ਛੱਡ ਕੇ ਸਾਡੇ ਅਰਗੇ ਲੋਕਾਂ ਨੂੰ ਬਖਸ਼ੀਆਂ ਸੋ ਮੈਂ ਸਮਝਦਾ ਕਿ ਟੀ-ਸ਼ਰਟ ਦਾ ਕ੍ਰਿਟਿਸਿਜ਼ਮ ਇਹ ਹੌਲੇਪਨ ਦੀ ਨਿਸ਼ਾਨੀ ਹੈ ਇਹ ਡਰ ਦੀ ਨਿਸ਼ਾਨੀ ਹੈ ਕਾਂਗਰਸ ਜਿਹੜੇ ਭਾਜਪਾਈ ਲੋਕ ਨੇ ਇਹ ਡਰ ਗਏ ਨੇ ਯਾਤਰਾ ਤੋਂ ਸੋ ਇਸ ਕਰਕੇ ਇਹੋ ਜੀਆਂ ਗੱਲਾਂ ਹੁੰਦੀਆਂ ਲੇਕਿਨ ਉਹੀ ਟੀ-ਸ਼ਰਟ ਉਹੀ ਪਜਾਮਾ ਉਹੀ ਜੁੱਤੇ ਅਧੀਆਂ ਬਾਵਾ ਗਰਮੀ ਆ ਗਈ ਸਰਦੀ ਹੋ ਗਈ ਮਾਈ 5 ਡਿਗਰੀ ਹੋ ਗਿਆ ਮਾਈਨਸ ਚਲਾ ਗਿਆ ਟੈਂਪਰੇਚਰ ਰਾਹੁਲ ਗਾਂਧੀ ਪਤਾ ਨਹੀਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮਨ ਚ ਤਿਆ ਕਰ ਲਿਆ ਇੰਜ ਜਾਪਦਾ ਨਹੀਂ ਇੰਨੀ ਟੀ-ਸ਼ਰਟ ਚ ਤਿੰਨ ਲੇਰਾਂ ਪਾਈਆਂ ਥੱਲੇ ਇੱਕ ਬਨਾਨ ਪਾਈ ਆ ਉੱਤੇ ਇੱਕ ਪਾਈ ਆ ਠੰਡ ਫਿਰ ਵੀ ਲੱਗੀ ਜਾਂਦੀ ਹੈ ਧੁੱਪ ਚ ਬੈਠੇ ਆ ਸੋ ਮੈਂ ਸਮਝ ਮੈਂ ਗੀਓ ਮਾਨਸਿਕਤਾ ਰਾਹੁਲ ਗਾਂਧੀ ਦੇ ਦਿਮਾਗ ਚ ਮੈਨੇ ਵੀ ਮੈਂ ਇੱਕ ਵਾਰੀ ਕਿਹਾ ਮੈਂ ਕਿਹਾ ਜੀ ਰੋਜ਼ ਉੱਠਣਾ 5 ਵਜੇ ਵੋਹੀ ਕੰਮ 5:30 6 ਵਜੇ ਯਾਤਰਾ ਆਪ ਸ਼ੁਰੂ ਕਰ ਤੁਸੀਂ ਕਰ ਲੈਨੇ ਹੋ ਤੇ ਮੈਂ ਕਿਹਾ ਬੋਰ ਨਹੀਂ ਹੁੰਦੇ ਕਿਉਂਕਿ ਅਸੀਂ ਸੈਰ ਤੇ ਜਾਣ ਲੱਗੇ ਅਸੀਂ ਟਿਊਸ਼ਨ ਪੜਨ ਲੱਗੇ ਅਸੀਂ ਖੇਡਣ ਜਾਣ ਲੱਗੇ ਕਦੇ ਬੋਰ ਹੋ ਜਾਂਦੇ ਆ ਕਿ ਭਾਈ ਯਾਰ ਰੋਜ਼ ਹੀ 5 ਵਜੇ ਯਾਰ ਅੱਜ ਨਹੀਂ ਜਾਂਦਾ ਅੱਜ ਛੁੱਟੀ ਹੈ ਮੈਂ ਕਿਹਾ ਮਗਰਲੇ 100 10 15 ਦਿਨਾਂ ਤੋ ਇਹੀ ਕੰਮ ਚੱਲ ਰਿਹਾ ਕਿਤੇ ਨਹੀਂ ਆਬ ਆਬ ਯਹਾਂ ਬੈਠ ਗਿਆ ਰਾਜਾ ਸੋ ਮੈਨੂੰ ਲੱਗਦਾ ਕਿ ਉਹ ਇੱਥੇ ਜਿਹੜਾ ਬੈਠਿਆ ਹੈ ਉਹ ਠੰਡ ਨਹੀਂ ਲੱਗਣ ਦੇ ਰਿਹਾ ਕਿ ਮਨ ਚ ਦ੍ਰਿੜਤਾ ਹੋ ਗਈ ਹੈ ਇਰਾਦਾ ਬਣਾ ਲਿਆ ਪੱਕਾ ਹੁਣ ਪੰਜਾਬ ਕੰਨੀ ਨੂੰ ਆਇਆ ਤਾਂ ਬਿੰਦ ਸਾਹਿਬ ਦੇਖਿਏ ਕਰਹਜੋਤ ਬੈਂਸ ਹੋਰ ਨਾਲ ਗੱਲ ਕਰੀ ਜਾਂਦੇ ਸੀਗੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਗੱਲ ਕਰੀ ਉਹ ਕਹਿੰਦੇ ਕਿਉਂਕਿ ਉਹ ਪੁਰਾਣੀਆਂ ਸਰਕਾਰਾਂ ਤੇ ਸੱਟ ਰਹੇ ਨੇ ਉਹ ਕਹਿੰਦੇ ਵੀ ਇਹਨਾਂ ਤੋਂ ਤਾਂ 5 ਰੁਪਏ ਦਿੱਤਾ ਨਹੀਂ ਗਿਆ ਅਸੀਂ ਜ਼ਰੂਰ 15-16 ਰੁਪਏ ਦੇ ਕੇ ਦਿਖਾਵਾਂਗੇ ਕਿਉਂਕਿ ਕਹਿੰਦੇ ਅਸੀਂ ਇੱਕ ਤਾਂ ਨਿਸ਼ਚੈ ਕਰਿਆ ਤੇ ਦੂਜਾ ਇਹ ਹੈ ਵੀ ਟਿੱਪਰ ਤਕਰਾਂ ਦੇ ਰੇਟ ਅਸੀਂ ਫਿਕਸ ਕਰਤੇ ਕੀਤਾ ਪੁਰਾਣੀ ਕਹਾਵਤ ਆ ਨਾਇਆ ਤੇਰੇ ਵਾਲ ਖਿੱਡੇ ਉਹ ਕਹਿੰਦਾ ਸਾਹਮਣੇ ਆ ਜਾਣਗੇ 9 ਮਹੀਨਿਆਂ ਦਾ ਤਾਂ ਰੀਟ ਦਿੱਤਾ ਨਹੀਂ ਗਿਆ ਜੇ ਪਾਲਿਸੀ ਬਣੀ ਜਾਂਦੀ ਹੈ ਉਹ ਕਹਿੰਦੇ ਹਾਈ ਕੋਰਟ ਨੇ ਰੋਕ ਰੱਖਿਆ ਹਾਈ ਕੋਰਟ ਫਿਰ ਇਹ ਤਾਂ ਸਭ ਬਾਨੇ ਆ ਇਹ ਨਾ ਨਾ ਹੋਵੇ ਸਾਢੇ 4 ਸਾਲ ਹਾਈ ਕੋਰਟ ਵਿਖਾਈ ਜਾਂਦੇ ਹੁਣ ਸਾਢੇ ਵੇਲੇ ਹਾਈ ਕੋਰਟ ਹੈ ਨਹੀਂ ਸੀ ਮਾਨਯੋਗ ਹਾਈ ਕੋਰਟ ਉਦੋਂ ਵੀ ਸੀ ਅੱਜ ਵੀ ਹੈ ਕੱਲ ਨੂੰ ਵੀ ਰਹੇਗਾ ਤੁਸੀਂ ਗਲਤ ਫੈਸਲਾ ਲਓਗੇ ਹਾਈ ਕੋਰਟ ਉਹਦੇ ਤੇ ਕੌਗਨੀਸ਼ੈਂਸ ਲਏਗਾ ਸਾਢੇ ਵੇਲੇ ਵੀ ਹਾਈ ਕੋਰਟ ਦੀਆਂ ਦਿੱਕਤਾਂ ਸਨ ਹੋ 9 ਮਹੀਨੇ ਤੋਂ ਇੱਕ ਹੀ ਗੱਲ ਨਾ ਵਾਰੀ-ਵਾਰੀ ਕਹੋ ਭਾਈ ਸਾਹਿਬ ਕਿ ਪੁਰਾਣੀ ਸਰਕਾਰ ਹੁਣ ਨਵੀਂ ਸਰਕਾਰ ਇਹ ਨਾ ਹੋਵੇ ਕਿ 5 ਸਾਲ ਪੂਰੇ ਹੋ ਜਾਣ ਤੁਸੀਂ ਕਹੋ ਕਿ ਪਾਣੀ ਪੁਰਾਣੀ ਸਰਕਾਰ ਨੇ ਕੰਮ ਹੀ ਇੰਨੇ ਖਰਾਬ ਕੀਤੇ ਸਾਨੂੰ ਸਮਝ ਹੀ ਨਹੀਂ ਆਈ ਸੋ ਇਹ ਹੁਣ ਬਹਾਨੇ ਛੱਡ ਦਿਓ ਜਿੱਦੇ ਰੇਤਾ ਸਸਤਾ ਦੇ ਦਿਓਗੇ ਰਾਜਾ ਵੜਿੰਗਾਵੇਂ ਕਹੀ ਜਾਵੇ ਰੇਤਾ 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 ਪੰਜਾਬ ਦੀ ਜਨਤਾ ਪੰਜਾਬ ਦਾ ਆਮ ਜਨਮਸ ਇਹ ਗੱਲ ਕਹੇ ਕਿ ਭਾਈ ਨਜ਼ਾਰੇ ਲਿਆਤੇ ਰੇਤਾ ਸਸਤਾ ਮਿਲ ਰਿਹਾ ਫੇਰ ਗੱਲ ਬਣਨੀ ਹੈ ਮੇਰੇ ਕਹਿਣ ਨਾਲ ਕਿ ਭਾਈ ਅੱਗ ਲੱਗੀ ਰੇਤੇ ਨੂੰ ਤਦ ਵੀ ਨਹੀਂ ਗੱਲ ਬਣਨੀ ਤੇ ਹਰਜੋਤ ਬੰਸ ਇਹ ਕਹੀ ਜਾਵੇ ਕਿ ਅਸੀਂ ਰੇਤਾ ਤਾਂ ਭਾਈ ਹੁਣ ਜਮਾਂ ਸਸਤਾ ਕਰਤਾ ਤਦ ਗੱਲ ਨਹੀਂ ਬਣਨੀ ਜਨਤਾ ਕਹੇਗੀ ਜੇ ਤੁਸੀਂ ਆਦਾ ਹਾ ਮਾਈਕ ਲੈ ਕੇ ਜਨਤਾ ਨੂੰ ਪੁੱਛ ਲੋ ਵੀ ਰੇਤਾ ਸਸਤਾ ਹੈ ਆਨੰਦ ਆ ਰਿਹਾ ਤੋ ਆਖਣ ਉਹ ਆਖਣਗੇ ਔਰ ਜੋ ਜਵਾਬ ਦੇਣਗੇ ਉਹ ਸਹੀ ਹੋਏ ਉਹ ਕਹਿੰਦੇ ਫੂਡ ਡਿਲੀਵਰੀ ਵਾਂਗੂੰ ਤਾਂ ਐਪ ਤੇ ਬੁੱਕ ਹੋ ਕਿਆ ਕਰੂਗਾ ਕਹਿੰਦੇ ਰੋਲੇ ਖਤਮ ਕਰ ਦਾਂਗੇ ਕੋਈ ਕਿਸੇ ਕੋਲ ਲੈਣ ਜਾਊਗਾ ਜਾਂ ਕਿਸੇ ਇਹੋ ਜਿਹੀਆਂ ਕਹਾਣੀਆਂ ਤਾਂ ਹਜੇ ਹੋ ਪਹਿਲੇ ਬਜਟ ਚ 9 ਮਹੀਨੇ ਪਹਿਲਾਂ ਕਹਿੰਦਾ ਵੀ ਹੁਣ ਆਟਾ ਆਇਆ ਕਰੂਗਾ ਕਰੇ ਹਜੇ ਤੱਕ ਤਾਂ ਆਟਾ ਨਹੀਂ ਕਣਕ ਨਹੀਂ ਮਿਲੀ ਭਾਈ ਸਾਹਿਬ ਕਣਕ ਨਹੀਂ ਮਿਲੀ ਪਹਿਲੇ ਹਫਤੇ ਕਿਆ ਸੀ 1000 ਰੁਪਏ ਆਇਆ ਕਰੇਗਾ ਪਹਿਲੀ ਕੈਬਨਟ ਪਹਿਲੀ ਕੈਬਨਟ ਚ ਕਿਆ ਸੀ ਕਿ ਆਪ ਮੇਰੀ ਬਹਿਨੋ ਮੈਂ ਤੈਨੂੰ ਪਹਿਲੀ ਕੈਬਨਟ ਚ ਪੱਕਾ ਕਰ ਦਿਆਂਗਾ ਵਿਚਾਰੀ ਟੈਂਕੀ ਦੇ ਜਿਹੜੀ ਨੂੰ ਫੇਰ ਦੁਬਾਰੇ 7 ਮਹੀਨੇ ਹੋ ਗਏ ਸੋ ਇਹ ਕੰਨ ਤੇ ਕਰਨੀ ਚ ਬੜਾ ਕੰਮ ਹੁੰਦਾ ਹੈ ਹਜੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੀਆਂ ਕਠਿਨਾਈਆਂ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ ਇਹ ਤਾਂ ਦੱਬੀ ਦਰ ਨੇ ਇਹਨਾਂ ਨੇ ਕਿਹਾ ਸੀ ਭਗਤ ਸਿੰਘ ਜੀ ਦਾ ਅਸੀਂ ਉੱਥੇ ਸਟੈਚੂ ਲਾ ਦੇਣਾ ਹੈ ਵਿਧਾਨ ਸਭਾ ਚੋਂ ਤਾਂ ਹਜੇ 9 ਮਹੀਨੇ ਹੋ ਗਏ ਮੈਨੂੰ ਤਾਂ ਲੱਗਦਾ ਉਹ ਰਿਕਵੈਸਟਾਈ ਨਹੀਂ ਜੇ ਲੱਗ ਜੇ ਤਾਂ ਕਹਦੇ ਸੋ ਇਹ ਕੰਨ ਤੇ ਕਰਨੀ ਚ ਬੜਾ ਫਰਕ ਹੈ ਇਹਨਾਂ ਨੇ ਕਿਹਾ ਸੀ ਅਸੀਂ ਬਣਾਇਆ ਕਰਾਂਗੇ ਹਰ ਸਾਲ ਪੰਜਾਬ ਮੈਡੀਕਲ ਜਿਹੜੇ ਹੈਗੇ ਹਸਪੀਟਲ ਦਿਖਾ ਦਿਓ ਮੈਨੂੰ ਕਿਹੜਾ ਬਣ ਰਿਹਾ ਜਿਹੜਾ ਇਹਨਾਂ ਨੇ ਖੋਲਿਆ ਮਹੱਲਾ ਕਲੀਨਿਕ ਉਹ ਵੀ ਬੰਦ ਪਈ ਹੈ ਡਿਸਪੈਂਸਰੀਆਂ ਦਾ ਸਾਡਾ ਬੁਰਾ ਹਾਲ ਕਰਤਾ ਜਿਹੜੇ ਸੀਐਸਸੀ ਸੈਂਟਰ ਸੀ ਉਹਨਾਂ ਦਾ ਵੀ ਨੁਕਸਾਨ ਕਰਤਾ ਸੋ ਕਹਿਣੀ ਤੇ ਖਤਰੀ ਵਿੱਚ ਬਹੁਤ ਫਰਕ ਹੈ ਜਦੋਂ ਕਰਨਗੇ ਉਦੋਂ ਵੇਖਾਂ ਤੁਸੀਂ ਵੀ ਟਰਾਂਸਪੋਰਟ ਮੰਤਰੀ ਰਹੇ ਹੋਗੇ ਟਰਾਂਸਪੋਰਟ ਮੰਤਰੀ ਨੇ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਨੋਟ ਵੀ ਜਾਰੀ ਕਰਿਆ ਸੀ ਤੇ ਬੜਾ ਵੱਡੇ ਤੌਰ ਤੇ ਦਾਅਵਾ ਕਰਿਆ ਸੀਗਾ ਕਿ ਪ੍ਰਾਈਵੇਟ ਬਸਾਂ 43 ਬਸ ਸਟੈਂਡ 'ਚ ਆਇਆ ਨਹੀਂ ਕਰਨਗੀਆਂ ਏਸੀ ਬਸਾਂ ਵੱਡੇ ਲੋਕਾਂ ਦੀਆਂ ਪਰ ਉਹ ਉਵੇਂ ਚੱਲ ਰਿਹਾ ਹੈ ਇਹਦੇ ਵਿੱਚ ਇਹ ਸੰਭਵ ਹੈ ਪਰ ਹੁਣ ਮੈਂ ਇਸ ਸੰਭਵ ਨੂੰ ਮੈਂ ਤਾਂ ਤੁਹਾਨੂੰ ਕਹਿ ਰਿਹਾ ਇਸ ਹਰੇ ਕਹਿਣਗੇ ਐਪ ਤੇ ਰੇਤਾ ਆਇਆ ਕਰੂਗਾ ਹੁਣ ਐਪ ਤੇ ਆਟਾ ਵੀ ਆਇਆ ਕਰੂਗਾ ਐਪ ਤੇ ਕਣਕ ਵੀ ਆਇਆ ਕਰੂ ਐਪ ਤੇ 1000 ਰੁਪਇਆ ਵੀ ਆਇਆ ਕਰੂ ਉਹ ਵੀ ਇਹਨਾਂ ਨੇ ਐਪ ਤੇ ਬੰਦ ਕਰਤੀਆਂ ਐਪ ਤੇ ਬੰਦ ਕਰਤੀਆਂ ਹੂੰ ਤਾਂ 43 'ਚ ਜਾਈ ਜਾਂਦੀਆਂ ਜਾ ਕੇ ਦੇਖ ਲੋ ਤੇ ਉਹਦੇ ਚ ਬਲਿੰਸਪ ਦੇਖਿਆ ਜਿਸ ਤਰ੍ਹਾਂ ਦੇ ਨਾਲ ਇਹ ਹੁਣ ਭਾਰਤ ਜੋੜੋ ਜਿਹੜੀ ਯਾਤਰਾ ਹੋਗੀ ਉਹਦੇ ਚ ਪਰ ਇੱਕ ਚੀਜ਼ ਇਹ ਦੱਸੋ ਵੀ ਪੰਜਾਬ ਨੂੰ ਉਹਦਾ ਪੰਜਾਬ ਦੀ ਸਿਆਸਤ ਨੂੰ ਕਿੰਨਾ ਕੁ ਜਿਆਦਾ ਫਾਇਦਾ ਹੋਊਗਾ ਕਾਂਗਰਸ ਨੂੰ ਉਹ ਠੀਕ ਹੈ ਵੀ ਦੇਸ਼ ਜੋੜੋ ਇਹ ਸਿਆਸਤ ਨੂੰ ਫਾਇਦਾ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਇਹ ਮਕਸਦ ਹੀ ਨਹੀਂ ਹੈ ਯਾਰ ਰਾਹੁਲ ਗਾਂਧੀ ਦਾ ਜੇ ਇਹ ਮਕਸਦ ਹੁੰਦਾ ਤਾਂ ਭਾਰਤ ਜੋੜੋ ਯਾਤਰਾ ਛੱਡ ਕੇ ਹਿਮਾਚਲ ਦੇ ਚੋਣਾਂ 'ਚ ਰਹਿੰਦਾ ਰਾਹੁਲ ਗਾਂਧੀ ਦਾ ਇਹ ਮਕਸਦ ਹੁੰਦਾ ਤਾਂ ਯਾਤਰਾ ਛੱਡ ਕੇ ਗੁਜਰਾਤ 'ਚ ਰਹਿੰਦਾ ਉੱਥੇ ਬੈਠ ਜਾਂਦਾ ਹੈਡਕੁਆਰਟਰ ਉੱਥੇ ਬਣਾਉਂਦੇ ਯਾਤਰਾ ਬਾਅਦ ਕਰਾਂਗੇ ਇਹ ਮਕਸਦ ਹੀ ਹੈ ਰਾਹੁਲ ਗਾਂਧੀ ਦਾ ਨਾ ਹੀ ਭਾਰਤ ਜੋੜੋ ਦਾ ਇਹ ਮਕਸਦ ਹੈ ਭਾਰਤ ਜੋੜੋ ਦਾ ਮਕਸਦ ਇਹ ਹੈ ਜੋ ਰਾਹੁਲ ਗਾਂਧੀ ਜੀ ਦੀ ਪ੍ਰਤੀਗਿਆ ਹੈ ਜਾਂ ਪ੍ਰਣ ਕੀਤਾ ਹੈ ਉਹਦਾ ਇਹ ਮਕਸਦ ਹੈ ਕਿ ਜ਼ਰੂਰੀ ਨਹੀਂ ਹੈ ਕਿ ਦੇਸ਼ ਦੇ ਅੰਦਰ ਫਲਾ ਫਲਾ ਰਾਜ ਜ காங்கிரஸ் ਪਾਰਟੀ ਦਾ ਰਾਜ ਹੈ ਤਾਂ ਫਿਰ ਉਹ ਰਾਜ ਬਣੇਗਾ ਤਾਂ ਗੱਲ ਬਣੇਗੀ காங்கிரஸ் ਪਾਰਟੀ ਮਰਤੇ ਦਮ ਤੱਕ ਔਰ ਜਿੰਨਾ ਜਿਕਰ ਰਾਹੁਲ ਗਾਂਧੀ ਜੀ ਦੇ ਸਾਹਾਂ ਚ ਸਾਹ ਹੈ ਜਾਂ ਸਾਡੇ ਅਸੀਂ ਸਭ ਲੋਕੋ ਕਾਂਗਰਸ ਦੇ ਜਿਹੜੇ ਪ੍ਰਤੀ ਵਫਾਦਾਰ ਵਰਕਰ ਨੇ ਉਹਨਾਂ ਚੋਂ ਅਸੀਂ ਦੇਸ਼ ਦੇ ਸੰਵਿਧਾਨ ਦੀ ਦੇਸ਼ ਦੇ ਲੋਕਾਂ ਦੀ ਦੇਸ਼ ਦੇ ਵਿੱਚ ਜਿਹੜੀਆਂ ਵੀ ਪਰੰਪਰਾਵਾਂ ਹੈ ਉਹਨਾਂ ਦੀ ਅਸੀਂ ਰਾਖੀ ਕਰਦੇ ਰਵਾਂਗੇ ਅਸੀਂ ਇਸ ਤਰ੍ਹਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਮਨਮਰਜ਼ੀ ਦੇ ਨਾਲ ਦੇਸ਼ ਨੂੰ ਟੁੱਟਣ ਨਹੀਂ ਦੇਣਗੇ ਦੇਸ਼ ਦੇ ਵਿੱਚ ਖਲਬਲੀ ਪੈਦਾ ਨਹੀਂ ਹੋਣ ਦਿਆਂਗੇ ਕਿਸੇ ਇੱਕ ਰਾਜਨੀਤਿਕ ਪਾਰਟੀ ਦੀ ਸੋਚ ਤੇ ਇੱਕ ਰਾਜਨੀਤਿਕ ਪਾਰਟੀ ਦੀ ਵਿਚਾਰਧਾਰਾ ਇਸ ਦੇਸ਼ ਤੇ ਲਾਗੂ ਨਹੀਂ ਹੁੰਦੀ ਆ। ਇੱਕ ਰਾਚਨਾ ਦੱਸ ਦੋ ਦਸਤਾਰ ਬਹੁਤ ਸੋਹਣੀ ਸਜਾਉਣ ਲੱਗੇ ਹੋਗੇ। ਇਹ ਨਿਸ਼ਚੈ ਕਰ ਲਿਆ ਹੁਣ ਜਾਂ ਉਹ ਭਰਾਵਾ ਸਿੱਖ ਰਿਹਾ ਹੈ ਗੁਰੂ ਸੱਚੇ ਪਾਤਸ਼ਾਹ ਨੂੰ ਮੈਂ ਜਾ ਕੇ ਸ਼ਹੀਦੀ ਜੋੜ ਮੇਲੇ ਤੇ ਨਕਮਸਤਕ ਹੋ ਕੇ ਆਇਆ ਸੀ ਤੇ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਆਇਆ ਕਿਉਂਕਿ ਇਹ ਦਸਤਾਰ ਬੰਦੀ ਓਰੀ ਕਿਰਪਾ ਨਾਲ ਹੁੰਦੀ ਹੈ। ਕਰੇ ਕਰਾਵੇ ਆਪੇ ਆ। ਮੈਂ ਹਮੇਸ਼ਾ ਸੋਚਦਾ ਸੀਗਾ ਕਿ ਪੱਗ ਕੋਈ ਟਾਈਮ ਵੀ ਲੱਗ ਜਾਂਦਾ ਪਗਬੰਧਨ ਤੇ ਤੇ ਬਟ ਮੈਨੂੰ ਮੇਰੀ ਮੰਦੀ ਇੱਛਾ ਸੀਗੀ ਪਰ ਜਿੱਥੇ ਕਰੋਰੀ ਕਿਰਪਾ ਨਹੀਂ ਹੁੰਦੀ ਉਹਨਾਂ ਚ ਤੁਸੀਂ ਦਸਤਾਰ ਬੰਨ ਨਹੀਂ ਸਕਦੇ ਸੋ ਸੱਚੇ ਪਾਤਸ਼ਾਹ ਦੇ ਮੱਥਾ ਟੇਕ ਕੇ ਆਇਆ ਸੀ ਹੁਣ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਦਸਤਾਰ ਬਨ ਰਹੇ ਆਂ ਔਰ ਉਮੀਦ ਕਰਦੇ ਆਂ ਕਿ ਸੱਚੇ ਪਾਤਸ਼ਾਹ ਬਾਬਾ ਜੀ ਕਿਰਪਾ ਕਰਨਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ ਆਸ਼ੀਰਵਾਦ ਆਪਦਾ ਬਣਾਈ ਰੱਖਣ ਤੇ ਸਾਨੂੰ ਬੁਰਾਈਆਂ ਤੋਂ ਹਟਾ ਕੇ ਚੰਗੇ ਪਾਸੇ ਲਾ ਕੇ ਅਸੀਂ ਗੁਰੂ ਦੇ ਰੰਗ ਚ ਰੰਗੇ ਰਹੇ ਬਹੁਤ ਬਹੁਤ ਧੰਨਵਾਦ ਬਿਲਕੁਲ ਹੁਣ ਯਾਤਰਾ ਜਦੋਂ ਆਉਂਦੀ ਆ ਉਸ ਤੋਂ ਬਾਅਦ ਕਿਉਂਕਿ ਕਾਂਗਰਸ ਨੂੰ ਬਹੁਤ ਵੱਡਾ ਇੱਕ ਇਹ ਨਾ ਪੰਜਾਬ ਨੂੰ ਲੈ ਕੇ ਤੇ ਹੁਣ ਰਿਸਪੌਂਸਿਬਿਲਟੀ ਦੇਖਣਾ ਹੋ ਪੰਜਾਬੀਆਂ ਦਾ ਕਿ ਆਖਰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਤੇ ਨਾਲ ਨਾਲ ਸਾਨੂੰ ਜਰੂਰ ਉਹਨਾਂ ਨੇ ਕਿਹਾ ਕਹਿੰਦੇ ਐਪ ਤੇ ਚੀਜ਼ਾਂ ਸ਼ੁਰੂ ਹੁੰਦੀਆਂ ਤੇ ਐਪ ਤੇ ਬੰਦ ਹੁੰਦੀਆਂ ਨੇ ਪਰ ਜਮੀਨੀ ਤੌਰ ਤੇ ਜਦ ਤੱਕ ਲੋਕ ਨਹੀਂ ਕਹਿੰਦੇ ਉਦ ਤੱਕ ਉਹ ਚੀਜ਼ਾਂ ਦਾ ਫਾਇਦਾ ਨਹੀਂ ਕਾ ਦੇਖੂਗਾ ਵੀਡੀਓ ਜਰਨਲਿਸਟ ਰਮਨ ਦੇ ਨਾਲ ਸੁਮੇਸ਼ ਸਿੰਘ ਜਨਸਪੂਕ ਸਾਂਟੀਵੀ ਚੰਡੀਗੜ੍ਹ